ਕੋਈ ਵੀ ਚੀਜ਼ ਦੀ ਕੋਈ ਉਮਰ ਨਹੀਂ ਹੁੰਦੀ ਮੈਂ ਤਾਂ ਕਹਿਣਾ ਕਿ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਜਿਹੜਾ ਬਚਪਨ ਜਿੰਨੇ ਗਵਾ ਦਿੱਤਾ ਨਾ ਉਹਨੇ ਜ਼ਿੰਦਗੀ ਗਵਾ ਦਿੱਤੀ ਜਿਹੜੀ ਪਤੰਗ ਹੈ ਪਤੰਗ ਜਿਹੜੀ ਮੰਗ ਹੈ ਨਾ ਜਿਹੜੀ ਪਤੰਗ ਉਡਾਣ ਦੀ ਇਹ ਬੰਦੇ ਦੇ ਜੇ ਦਿਲ ਵਿੱਚ ਹੈਗੀ ਹੈ ਨਾ ਤਾਂ ਬੰਦਾ ਕਦੀ ਵੱਡੀ ਉਮਰ ਦਾ ਹੋ ਹੀ ਨਹੀਂ ਸਕਦਾ ਉਹ ਬੱਚਾ ਹੀ ਰਹੇਗਾ ساری ਉਮਰ ਇਹ ਕੁਝ ਹੋਜੀ ਚੀਜ਼ਾਂ ਕਰਕੇ ਦਿਖਾਈਆਂ ਜਿੰਨੀਆਂ ਹੋਰ ਬੰਦੇ ਨਹੀਂ ਕਰ ਸਕੇ ਜਦੋਂ ਮੇਰਾ ਨਾਮ ਲੰਕਾ ਬੁੱਕ ਆਫ ਰਿਕਾਰਡ ਚ ਦਰਜ ਹੋਇਆ ਤੇ ਮੈਨੂੰ ਪੰਜਾਬ ਸਟੇਟ ਅਵਾਰਡ ਵੀ ਮਿਲ ਗਿਆ ਆਪਣੀ ਜਿਹੜੀ ਇੱਛਾ ਹੈ ਉਹ ਵਧਾਉਂਦੇ ਰਹਿਣਾ ਚਾਹੀਦਾ ਹੈ ਜੇ ਤੁਸੀਂ ਜ਼ਿੰਦਗੀ ਵਿੱਚ ਸਰਵਾਈਵ ਕਰਨਾ ਹੈ ਇਹਦੀ ਕਦੀ ਡੈਡ ਲਾਈਨ ਕੋਈ ਨਹੀਂ ਹੈਗੀ ਤੁਸੀਂ ਆਪਣਾ ਤੁਹਾਡੇ ਜਿਹੜੀ ਤੁਹਾਡਾ ਟੀਚਾ ਹੈ ਆਸਮਾਨ ਹੈ ਸ਼ਸ਼ੀਕਲ ਜੀ ਦਾ ਅਨਮਿਊਟ ਦੇਖ ਰਹੇ ਤੁਸੀਂ ਮੈਂ ਜਗਜੀਤ ਸਿੰਘ ਪੰਜੋਲੀ ਹਰ ਇਨਸਾਨ ਦੇ ਅੰਦਰ ਕੋਈ ਨਾ ਕੋਈ ਸ਼ੌਂਕ ਹੁੰਦਾ ਹੈ ਉਹ ਸ਼ੌਂਕ ਦੀ ਪੂਰਤੀ ਦੇ ਲਈ ਇਨਸਾਨ ਜਿਹੜਾ ਪੂਰੀ ਕੋਸ਼ਿਸ਼ ਕਰਦਾ ਕਿਸੇ ਨੂੰ ਨੱਚਣ ਦਾ ਕਿਸੇ ਨੂੰ ਗਾਉਣ ਦਾ ਕਿਸੇ ਨੂੰ ਸੌਣ ਦਾ ਕਿਸੇ ਨੂੰ ਜੇ ਗੱਲ ਕਰ ਲਈਏ ਬਹੁਤ ਤਰੀਕੇ ਦਾ ਲਿਖਣ ਦਾ ਪੜ੍ਹਨ ਦਾ ਬਹੁਤ ਤਰ੍ਹਾਂ ਦੇ ਸ਼ੌਂਕ ਜਿਹੜੇ ਨੇ ਇੱਕ ਇਨਸਾਨ ਦੇ ਅੰਦਰ ਹੁੰਦੇ ਆ ਤੇ ਇਨਸਾਨ ਉਹ ਸ਼ੌਂਕਾਂ ਦੀ ਪੂਰਤੀ ਦੇ ਲਈ ਬਹੁਤ ਤਰ੍ਹਾਂ ਦੇ ਉਪਰਾਲੇ ਵੀ ਕਰਦਾ ਪਰ ਅੱਜ ਜਿਸ ਸ਼ਕਸ਼ੀਤ ਦੇ ਕੋਲ ਅਸੀਂ ਪਹੁੰਚੇ ਆ ਉਹਨਾਂ ਦਾ ਵੀ ਇੱਕ ਵੱਖਰਾ ਹੀ ਸ਼ੌਂਕ ਹੈ ਉਹ ਪਤੰਗ ਬਣਾਉਂਦੇ ਆ ਤੇ ਪਤੰਗ ਬਣਾਉਣਾ ਕੋਈ ਆਮ ਗੱਲ ਨਹੀਂ ਕਿ ਆਮ ਪਤੰਗ ਜਿਹੜੇ ਬਾਜ਼ਾਰ ਦੇ ਵਿੱਚ ਮਿਲਦੇ ਆ ਉਸ ਤਰ੍ਹਾਂ ਦੇ ਪਤੰਗ ਨਹੀਂ ਉਹ ਪਤੰਗ ਵੱਖਰੇ ਕਿਸਮ ਦੇ ਬਣਾਉਂਦੇ ਆ ਸਮਾਜ ਦੇ ਅੰਦਰ ਜਦੋਂ ਵੀ ਕੋਈ ਦਿਨ ਆਉਂਦਾ ਭਾਵੇਂ ਉਹ ਔਰਤ ਦਿਵਸ ਹੈ ਭਾਵੇਂ ਉਹ ਆਜ਼ਾਦੀ ਦਿਵਸ ਹੈ ਬਹੁਤ ਤਰ੍ਹਾਂ ਦੇ ਦਿਨ ਨੇ ਉਹ ਦਿਨਾਂ ਦੇ ਉੱਤੇ ਉਹ ਇੱਕ ਜਾਗਰਤੀ ਪੈਦਾ ਕਰਦੇ ਆ ਕਿ ਅਸੀਂ ਪਤੰਗਾਂ ਦੇ ਜਰੀਏ ਜਾਗਰਤੀ ਜਿਹੜੀ ਹੈ ਉਹ ਲਿਆਉਣ ਦਾ ਯਤਨ ਕਰਦੇ ਆ ਆ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਡਾਕਟਰ ਦਵਿੰਦਰ ਪਾਲ ਸਿੰਘ ਸਾਈਗਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸੈਕਲ ਸਾਹਿਬ ਤੁਹਾਡਾ ਦਾ ਅਨਮਿਊਟ ਤੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਤੁਹਾਡੇ ਨਾਲ ਅੱਜ ਗੱਲਬਾਤ ਕਰਕੇ ਬੜਾ ਅੱਛਾ ਲੱਗ ਰਿਹਾ ਮੈਨੂੰ ਥੈਂਕ ਯੂ ਤੁਹਾਨੂੰ ਬੰਨੂ ਤੁਸੀਂ ਅੱਜ ਗੱਲਬਾਤ ਲਈ ਬੁਲਾਇਆ ਥੈਂਕ ਯੂ ਸੈਕਲ ਸਾਹਿਬ ਪਹਿਲਾਂ ਤੁਹਾਡੇ ਬਾਰੇ ਸ਼ੌਂਕ ਬਾਰੇ ਵੀ ਆਪਾਂ ਜਾਣਾਂਗੇ ਪਹਿਲਾਂ ਮੈਂ ਚਾਹਾਂਗਾ ਤੁਸੀਂ ਆਪਣੇ ਬਾਰੇ ਦੱਸੋ ਵੀ ਤੁਹਾਡੀ ਸਟੱਡੀ ਕੀ ਹੈ ਡਾਕਟਰ ਤੁਹਾਡੇ ਨਾਮ ਨਾਲ ਲਾਇਆ ਗਿਆ ਹੈ ਵੀ ਡਾਕਟਰ ਵੀ ਹੈਗੇ ਹੋ ਤੁਸੀਂ ਇੱਕ ਡਾਕਟਰ ਪਤੰਗ ਬਣਾ ਰਿਹਾ ਹੈ ਇਹ ਸਾਰਾ ਕੁਝ ਜਾਣਨਾ ਚਾਣਗੇ ਦਰਸ਼ਕ ਸਾਡੇ ਦੇਖੋ ਜੀ ਗੱਲ ਇਸ ਤਰ੍ਹਾਂ ਹੈ ਮੈਂ ਇੱਕ ਬੇਸਿਕਲੀ ਪ੍ਰੋਫੈਸ਼ਨਲੀ ਸਾਇੰਟਿਸਟ ਹੈਗਾ ਮੈਂ ਯੂਨੀਵਰਸਿਟੀ ਤੋਂ ਬੀਐਸਸੀ ਆਨਰਸ ਕੀਤੀ ਫਿਰ ਐਮਐਸਸੀ ਆਨਰਸ ਕੀਤੀ ਫਿਰ ਐਮਫਿਲ ਕੀਤੀ ਫਿਰ ਪੀਐਚਡੀ ਕੀਤੀ ਤੇ ਮੈਂ ਇੱਕ ਫੋਰੈਂਸਿਕ ਸਾਇੰਟਿਸਟ ਦੇ ਬਤੌਰ ਤੇ ਪੰਜਾਬ ਸਰਕਾਰ ਚ ਕੰਮ ਕੀਤਾ 30 ਸਾਲ ਜੀ ਤੇ ਮੈਂ ਇਹ ਜਿਹੜਾ ਮੇਰਾ ਸ਼ੌਂਕ ਹੈ ਪਤੰਗ ਉਡਾਣ ਦਾ ਬਣਾਣ ਦਾ ਇਹ ਇੱਕ ਜਿਹੜਾ ਮੈਨੂੰ ਪ੍ਰੋਫੈਸ਼ਨ ਨਾਲ ਬੜਾ ਇਹਨੇ ਬੜਾ ਮੈਨੂੰ ਇਹਨੇ ਸਾਥ ਦਿੱਤਾ ਕਿਉਂਕਿ ਜਿਹੜਾ ਮੇਰਾ profession ਸੀਗਾ ਆਪਣਾ ਫਰੈਂਸਿਕ ਸਾਇੰਟਿਸਟ ਦੇ ਤੌਰ ਬੜਾ ਟੈਨਸ਼ਨ ਭਰਿਆ ਹੋਇਆ ਸੀਗਾ ਕਿਉਂਕਿ ਉਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਮੇਰੀ ਜਿਹੜੀ ਇੱਕ ਰਿਪੋਰਟ ਹੈ ਉਹਦੇ ਨਾਲ ਜਾਂ ਤਾਂ ਜਿਹੜਾ ਮੁਜ਼ਰਮ ਬਰੀ ਹੋ ਸਕਦਾ ਹੈ ਜਾਂ ਉਹਨੂੰ ਸਜ਼ਾ ਹੋ ਸਕਦੀ ਹੈ ਤੇ ਇਹ ਬਹੁਤ ਹੀ ਮਤਲਬ ਕਨਸੈਂਟਰੇਸ਼ਨ ਨਾਲ ਕੰਮ ਕਰਨਾ ਪੈਂਦਾ ਹੈ ਲਗਨ ਨਾਲ ਕੰਮ ਕਰਨਾ ਪੈਂਦਾ ਹੈ ਤੇ ਮੈਂ ਲਗਨ ਨਾਲ ਕੰਮ ਕੀਤਾ ਬਟ ਮੇਰਾ ਜਿਹੜਾ ਸਾਥ ਹੈ ਪਤੰਗ ਪਨਾਣ ਦੇ ਵਿੱਚ ਉਹਨੇ ਮੇਰਾ ਸਾਥ ਦਿੱਤਾ ਹਮ ਗੱਲ ਵੈਸੇ ਜਦੋਂ ਆ ਪਤੰਗ ਦਾ ਜ਼ਿਕਰ ਕਰਦੇ ਆ ਤਾਂ ਬੱਚੇ ਦਿਮਾਗ ਚ ਆਉਂਦੇ ਆ ਹਨਾ ਤੁਹਾਡੀ ਹੁਣ ਤੁਸੀਂ ਵੱਡੀ ਉਮਰ ਆ ਡਾਕਟਰ ਆ ਹੋ ਹਨਾ ਇੱਕ ਡਾਕਟਰ ਪਤੰਗ ਬਣਾ ਰਿਹਾ ਇਹਦੇ ਬਾਰੇ ਦੱਸੋ ਦੀ ਗੱਲ ਇਸ ਤਰ੍ਹਾਂ ਜੀ ਕੋਈ ਵੀ ਚੀਜ਼ ਦੀ ਕੋਈ ਉਮਰ ਨਹੀਂ ਹੁੰਦੀ ਮੈਂ ਤਾਂ ਕਹਿੰਨਾ ਕਿ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਜਿਹੜਾ ਬਚਪਨ ਜਿੰਨੇ ਗਵਾ ਦਿੱਤਾ ਨਾ ਉਹਨੇ ਜ਼ਿੰਦਗੀ ਗਵਾ ਦਿੱਤੀ ਜੇ ਤੁਹਾਡਾ ਬਚਪਨ ਤੁਹਾਡਾ ਖਸ ਗਿਆ ਨਾ ਤਾਂ ਤੁਸੀਂ ਫਿਰ ਜ਼ਿੰਦਗੀ ਦਾ ਮਤਲਬ ਤੁਹਾਡੇ ਕੋਈ ਜਾਨ ਨਹੀਂ ਹੈਗੀ ਇਸ ਕਰਕੇ ਜਿਹੜੀ ਪਤੰਗ ਹੈ ਨਾ ਤੁਸੀਂ ਜ਼ਰੂਰ ਕਹਿ ਰਹੇ ਹੋ ਕਿ ਬੱਚੇ ਪਸੰਦ ਕਰਦੇ ਆ ਬੱਚੇ ਨਹੀਂ ਪੂਰੀ ਦੁਨੀਆ ਦੇ ਵਿੱਚ ਪਤੰਗ ਨੂੰ ਭਾਵੇਂ ਉਹ 90 ਸਾਲ ਦਾ ਬੰਦਾ ਹੋ ਗਿਆ ਉਹਨੂੰ ਪਸੰਦ ਕਰਦਾ ਹੈ ਕਿਉਂਕਿ ਮੈਂ ਕਈ ਕਾਈਟ ਫੈਸਟੀਵਲ ਤੇ ਗਿਆ ਉੱਥੇ ਬੰਦੇ 85 85 ਸਾਲ 90 90 ਸਾਲ ਦੇ ਪਤੰਗ ਉਡਾਣ ਵਾਲੇ ਆ ਰਹੇ ਆ ਕਿਉਂਕਿ ਪਤੰਗ ਨੇ ਉਹਨੂੰ ਜੰਗ ਰੱਖਿਆ ਹੋਇਆ ਹੈ ਪਤੰਗ ਨੇ ਜੰਗ ਰੱਖਿਆ ਹੈ ਜਿਹੜੀ ਪਤੰਗ ਹੈ ਪਤੰਗ ਜਿਹੜੀ ਮੰਗ ਹੈ ਨਾ ਜਿਹੜੀ ਪਤੰਗ ਉਡਾਣ ਦੀ ਇਸ ਬੰਦੇ ਦੇ ਜੇ ਦਿਲ ਵਿੱਚ ਹੈਗੀ ਆ ਨਾ ਤਾਂ ਬੰਦਾ ਕਦੀ ਵੱਡੀ ਉਮਰ ਦਾ ਹੋ ਹੀ ਨਹੀਂ ਸਕਦਾ ਉਹ ਬੱਚਾ ਹੀ ਰਹੇਗਾ ساری ਉਮਰ ਤੁਸੀਂ ਤੁਸੀਂ ਕਦੋਂ ਤੋਂ ਪਤੰਗ ਨਾਲ ਜੁੜੇ ਹੋ ਪਤੰਗ ਪਹਿਲਾਂ ਉਡਾਉਂਦੇ ਵੀ ਰਹੇ ਹੋ ਕਦੋਂ ਜੁੜੇ ਪਤੰਗ ਨਾਲ ਤੇ ਕੁਝ ਮੈਂ ਬਚਪਨ ਵਿੱਚ ਪਤੰਗ ਉਡਾਉਂਦਾ ਵੀ ਰਿਆਂ ਕਈ ਛੋਟਾਂ ਵੀ ਲੱਗੀਆਂ ਗਿਰੇ ਵੀ ਤੰਗ ਲੁੱਟਦੇ ਵੀ ਰਹਿਆਂ ਬੱਟੇ ਸਾਰਾ ਕੁਝ ਹੁੰਦਾ ਗਿਆ ਜਦੋਂ ਮੇਰੀ ਪੜ੍ਹਾਈ ਨੇ ਜ਼ੋਰ ਪਕੜ ਲਿਆ ਥੋੜੀ ਦੇਰ ਇਹਦਾ ਉੱਚਾ ਵਿੱਚ ਵਿਸ਼ਰਾਮ ਆਇਆ ਫਿਰ ਜਦੋਂ ਮੈਂ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਉੱਥੇ ਪਤੰਗ ਉਡਾਉਣ ਦਾ ਤੇ ਪਤੰਗ ਬਣਾਉਣ ਦਾ ਕੰਪਿਟੀਸ਼ਨ ਹੁੰਦਾ ਸੀਗਾ ਜੀ ਤੇ ਮੈਂ ਕਿਹਾ ਇਹ ਤਾਂ ਮਜ਼ਾ ਹੀ ਆ ਗਿਆ ਇਹ ਤਾਂ ਤੇ ਫਿਰ ਮੈਂ ਪਤੰਗ ਬਣਾਉਣ ਵਿੱਚ ਪਾਰਟਿਸਿਪੇਟ ਕੀਤਾ ਉਡਾਉਣ ਵਿੱਚ ਮੈਂ ਕੀਤਾ ਬਟ ਮੇਰੇ ਨਾਲ ਥੋੜੀ ਜੀ ਹੇਰਾਫੇਰੀ ਹੋ ਗਈ ਕੁਝ ਜਿਹੜੇ ਬੰਦਿਆਂ ਨੇ ਮੇਰਾ ਇਨਾਮ ਕੱਟ ਲਿਆ ਤੇ ਮੈਨੂੰ ਲੱਗਿਆ ਦਿਲ ਦੇ ਵਿੱਚ ਮੈਨੂੰ ਮਹਿਸੂਸ ਵੀ ਹੋਇਆ ਬਟ ਮੈਂ ਪਤੰਗ ਬਣਾਉਣ ਵਿੱਚ ਫਰਸਟ ਪ੍ਰਾਈਜ਼ ਲੈ ਲਿਆ ਫਿਰ ਹਰ ਸਾਲ ਪਤੰਗ ਬਣਾ ਕੇ ਫਰਸਟ ਪ੍ਰਾਈਜ਼ ਲੈਂਦਾ ਲੈਂਦਾ ਰਿਹਾ ਮੈਂ ਇਸ ਤਰ੍ਹਾਂ ਕਰਨ ਨਾਲ ਮੈਨੂੰ ਸਕਾਲਰਸ਼ਿਪ ਮਿਲਣਾ ਸ਼ੁਰੂ ਹੋ ਗਿਆ ਜੀ ਮੈਨੂੰ ਇਹ ਤਾਂ ਬੜਾ ਮਜ਼ਾ ਆ ਗਿਆ ਨਾਲੇ ਪਤੰਗ ਉਡਾਓ ਨਾਲੇ ਸਕਾਲਰਸ਼ਿਪ ਲਓ ਨਾਲੇ ਇੰਜੋਏ ਕਰੋ ਫਿਰ ਮੈਰੀ ਜਿਹੜੀ ਲਗਨ ਹੈ ਉਹ ਪਤੰਗ ਉਡਾਉਣ ਵਿੱਚ ਬਣਾਉਣ ਵਿੱਚ ਲੱਗੀ ਲੱਗੀ ਰਹੀ ਖਾਲੀ ਮੈਂ ਪਤੰਗ ਵਿੱਚ ਨਹੀਂ ਮੈਂ ਹਰ ਪਾਸੇ ਭਾਗ ਲਿਆ ਜਿਵੇਂ ਤੁਹਾਡਾ ਐਥਲੈਟਿਕਸ ਮੀਟਸ ਹੁੰਦੀਆਂ ਸੀਗੀਆਂ ਮੈਂ ਬੋਰੀ ਰੇਸ ਵਿੱਚ ਫਰਸਟ ਪ੍ਰਾਈਜ਼ ਲਿਆ ਪੰਜਾਬ ਪੂਰੇ ਪੂਰੇ ਹਾਲ ਕੈਂਪਸ ਦੇ ਵਿੱਚ ਬੋਰੀ ਰੇਸ 3 ਲਖ ਰੇਸ ਮੈਂ ਇੰਡੋਰ ਗੇਮਸ ਆ ਰਿਹਾ ਖੇਡਦਾ ਰਿਹਾ ਤੇ ਮਤਲਬ ਮੇਰਾ ਮਤਲਬ ਕਹਿੰਦਾ ਕਿ ਪੜ੍ਹਾਈ ਦੇ ਨਾਲ-ਨਾਲ ਹਰ ਹਰ ਸ਼ਖਸੀਅਤ ਨਾਲ-ਨਾਲ ਆਪਣੀ ਜਿਹੜੀ ਨਾ ਕੋਈ ਗੇਮ ਜ਼ਰੂਰ ਰੱਖੇ ਹਰ ਬੱਚੇ ਨੂੰ ਹਰ ਵੱਡੇ ਨੂੰ ਮੈਂ ਇਹ ਕਹਾਂਗਾ ਕਿ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਨਾ ਖਾਲੀ ਪੜ੍ਹਾਈ ਤੁਹਾਨੂੰ ਕਾਮਯਾਬ ਨਹੀਂ ਕਦੀ ਵੀ ਕਰੇਗੀ ਤੁਸੀਂ ਹਮੇਸ਼ਾ ਪੜ੍ਹਾਈ ਦੇ ਨਾਲ-ਨਾਲ ਆਪਣੀ ਜਿਹੜੀ ਲਗਨ ਹੈ ਆਪਣੇ ਪੈਸ਼ਨ ਦੇ ਵਿੱਚ ਨਾਲ ਜ਼ਰੂਰ ਲਗਾਓ ਕਿਉਂਕਿ ਜੇ ਤੁਸੀਂ ਪੜ੍ਹਾਈ 'ਚ 90% ਨੰਬਰ ਲੈ ਲੇ ਤਾਂ ਜ਼ਰੂਰੀ ਤੁਸੀਂ ਪੜਾਈ ਤਾਂ ਕਰ ਜੋਗੇ ਬਟ ਹੋ ਸਕਦਾ ਹੈ ਤੁਹਾਨੂੰ ਆਪਣੀ ਫੀਲਡ ਵਿੱਚ ਪੂਰੀ ਤਰ੍ਹਾਂ ਕਾਮਯਾਬੀ ਨਾ ਮਿਲੇ ਕਿਉਂਕਿ ਜਿਹੜੋ ਬੰਦਾ ਇੱਕ ਸੰਤੁਲਨ ਬਣਾ ਕੇ ਰੱਖਦਾ ਨਾ ਫਿਰ ਉਹਦਾ ਉਹਦਾ ਜਿਹੜਾ ਮਨ ਹੈ ਉਹ ਥੱਕਦਾ ਕਦੀ ਵੀ ਨਹੀਂ ਹੈ ਚਾਹੇ ਉਹ 100 ਮੀਲ 100 ਮੀਲ ਦੂਰ ਚੱਲ ਜਾਵੇ ਮੈਂ ਦੇਖੋ ਪੜਾਈ ਦੇ ਦੌਰਾਨ ਇੱਕ ਹਾਈਕਿੰਗ ਟ੍ਰੈਕਿੰਗ ਦਾ ਟ੍ਰਿਪ ਵੀ ਲਗਾਇਆ ਆਈ ਵਾਸ ਓਨਲੀ ਪਰਸਨ fromParams ਦਾ ਕੈਂਪਸ ਇਕੱਲਾ ਹੀ ਬੰਦਾ ਸੀਗਾ ਬਾਕੀ ਜਿਹੜੇ ਆਪਣਾ ਡਿਫਰੈਂਟ ਡਿਫਰੈਂਟ ਆਪਣਾ ਸ਼ਹਿਰਾਂ ਚੋਂ ਸੀਗੇ ਮੈਂ 10 ਦਿਨ ਦਾ ਟੂਰ ਲਗਾਇਆ ਹਾਈਕਿੰਗ ਟਰੈਕਿੰਗ ਤੇ ਕੁੱਲੂ ਤੋਂ ਮਨਾਲੀ ਮਨਾਲੀ ਤੋਂ ਮਨੀਕਰਨ ਪੈਦਲ ਗਏ ਸੀ ਸਾਰੇ ਓਕੇ ਤੇ ਮੈਂ ਕੋਈ ਇਵੈਂਟ ਮਿਸ ਨਹੀਂ ਕੀਤਾ ਔਰ ਮੇਰੇ 'ਚ ਇਹ ਹੁੰਦੀ ਸੀ ਲਗਨ ਸੀਗੀ ਜਦੋਂ ਵੀ ਮੈਂ ਕੋਈ ਕੰਮ ਕਰਾਂ ਮੈਂ ਹੋਰਾਂ ਨਾਲੋਂ ਅੱਗੇ ਰਵਾਂ ਥੋੜਾ ਜਿਆ ਦੇਖੋ ਜੇ ਤੁਸੀਂ ਆਪਣੇ ਆਪ ਨੂੰ ਅੱਗੇ ਰੱਖੋਗੇ ਤਾਂ ਆਪਣੀ ਆਈਡੈਂਟੀਟੀ ਬਣਾ ਸਕੋਗੇ ਜੀ ਫਿਰ ਮੈਨੂੰ ਜਦੋਂ ਖੁੱਲੀ-ਖੁੱਲੀ ਮੇਰਾ ਨਾਮ ਲਿਮਕਾ ਬੁੱਕ ਆਫ ਰਿਕਾਰਡ 'ਚ ਵੀ ਦਰਜ ਹੋਇਆ ਮੈਂ ਕੁਝ ਐਹੋ ਜਿਹੀ ਚੀਜ਼ਾਂ ਕਰਕੇ ਦਿਖਾਈਆਂ ਜਿਹੜੀਆਂ ਹੋਰ ਬੰਦੇ ਨਹੀਂ ਕਰ ਸਕੇ ਜਦੋਂ ਮੇਰਾ ਨਾਮ ਲਿੰਕਾ ਬੁੱਕ ਆਫ ਰਿਕਾਰਡ ਚ ਦਰਜ ਹੋਇਆ ਫਿਰ ਮੈਨੂੰ ਪੰਜਾਬ ਸਟੇਟ ਅਵਾਰਡ ਵੀ ਮਿਲ ਗਿਆ ਜੀ ਪਹਿਲੀ ਵਾਰੀ ਪੰਜਾਬ ਸਟੇਟ ਅਵਾਰਡ ਸਾਡੇ ਦਫਤਰ ਵਿੱਚ ਕਿਸੇ ਨੂੰ ਮਿਲਿਆ ਸੀਗਾ ਉਸ ਤੋਂ ਬਾਅਦ ਵੀ ਕਿਸੇ ਨੂੰ ਨਹੀਂ ਮਿਲਿਆ ਮਿਲ ਸਕਿਆ ਫਿਰ ਮੈਨੂੰ ਚੰਡੀਗੜ੍ਹ ਸਟੇਟ ਅਵਾਰਡ ਮਿਲਿਆ ਫਿਰ ਮੈਨੂੰ ਬਾਹਰ ਚਾਈਨਾ ਜਾਣ ਦਾ ਮੌਕਾ ਮਿਲਿਆ ਦੋ ਵਾਰੀ ਮੈਂ ਚਾਈਨਾ ਗਿਆ ਜਦੋਂ ਮੈਂ ਚਾਈਨਾ ਗਿਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੇਰੀ ਜਿਹੜੀ ਪਗੜੀ ਹੈ ਇਨੇ ਮੇਰੀ ਕਿੰਨੀ ਜ਼ਿਆਦਾ ਮੇਰੀ ਆਇਡੈਂਟੀਟੀ ਦਿਖਾਈ ਕਿੰਨੀ ਮੇਰੀ ਹੋਂਦ ਬਣਾਈ ਅਤੇ ਮੈਨੂੰ ਕਿੰਨੀ ਇਹਨੇ ਬੱਲੇ ਬੱਲੇ ਕਰਵਾਈ ਮੇਰੀ ਪੂਰਾ ਚਾਈਨਾ ਮੈਨੂੰ ਮਤਲਬ ਵੇਵ ਕਰ ਰਿਹਾ ਮੈਨੂੰ ਆਪਣਾ ਆਪਣਾ ਮੇਰਾ ਮੇਰਾ ਆਉ ਭਗਤ ਕਰ ਰਿਹਾ ਹੈ ਫਿਰ ਮੈਨੂੰ ਸਾਊਥ ਕੋਰੀਆ ਜਾਣ ਦਾ ਮੌਕਾ ਮਿਲਿਆ ਉੱਥੇ ਵੀ ਮੇਰੀ ਬੜੀ ਇੱਜ਼ਤ ਹੋਈ ਤੇ ਬਾਕੀ ਮੈਨੂੰ ਹੋਰ ਕਈ ਕੰਟਰੀ ਚ ਮੈਨੂੰ ਸੱਦੇ ਆਏ ਸਰਬ ਪਤੰਗ ਕਰ ਜਿਹੜਾ ਸਾਰੇ ਪਤੰਗ ਕਰਕੇ ਅਵਾਰਡ ਮਿਲੇ ਸਾਰਾ ਕੁਝ ਸਰਬ ਪਤੰਗ ਕਰਕੇ ਜੀ ਦੇਖੋ ਮੈਂ ਉਹੀ ਤਾਂ ਸੋਚਦਾ ਕਿ ਜਦੋਂ ਬੰਦਾ ਇੱਕ 골ਡ ਮੈਡਲ ਲੰਦਾ ਹੈ ਛੋਟੀ ਜੀ ਫਾਰਸ਼ ਫੋਟੋ ਆ ਜਾਂਦੀ ਹੈ ਮੇਰੀ ਮਤਲਬ ਮੈਨੂੰ ਪਤੰਗ ਨੇ ਮੈਨੂੰ ਇੰਨੀ ਕੋ ਮੈਨੂੰ ਮੇਰੀ ਇੱਜ਼ਤ ਬਖਸ਼ੀ ਮੈਨੂੰ ਮੈਨੂੰ ਕਈ ਕੰਟਰੀ ਵਿੱਚ ਮੈਨੂੰ ਸੱਦੇ ਆਣੇ ਸ਼ੁਰੂ ਹੋ ਗਏ ਤੇ ਮੈਂ ਪਤੰਗ ਨੂੰ ਲੋਕ ਨਾ ਬੱਚੇ ਜਿਹੜੇ ਆ ਮਨੋਰੰਜਨ ਦੇ ਤੌਰ ਤੇ ਅਸੀਂ ਵੀ ਹੁਣ ਤੱਕ ਇਹ ਸੁਣਿਆ ਪਤੰਗ ਮਨੋਰੰਜਨ ਦਾ ਸਾਧਨ ਹੈ ਬੱਚਿਆਂ ਨੂੰ ਕੇਅਰ ਨਾਲ ਉਡਾਉਣਾ ਚਾਹੀਦਾ ਇਸ ਤਰ੍ਹਾਂ ਦੇ ਸੁਣਿਆ ਤੁਸੀਂ ਇੱਕ ਜਾਗਰਤੀ ਪੈਦਾ ਕਰ ਰਹੇ ਹੋ ਪਤੰਗ ਨਾਲ ਮੈਂ ਦਰਸ਼ਕ ਜਾਨਣਾ ਚਾਹੁੰਦਾ ਵੀ ਤੁਸੀਂ ਕਿਵੇਂ ਜਾਗਰਤੀ ਪੈਦਾ ਕਰ ਰਹੇ ਹੋ ਦੇਖੋ ਜੀ ਪਤੰਗ ਇਸ ਤਰ੍ਹਾਂ ਹੈ ਇੱਕ ਖਾਲੀ ਪਤੰਗ ਉਡਾਉਣ ਨਾਲ ਨਹੀਂ ਹੈ ਪਤੰਗ ਤੁਹਾਡੀ ਸਿਹਤ ਵਿੱਚ ਬੜੀ ਮਦਦ ਕਰਦੀ ਹੈ ਕਿਸ ਤਰ੍ਹਾਂ ਅੱਜ ਕੱਲ ਦੇ ਜਿਹੜੇ ਬੱਚੇ ਆ ਘਰਾਂ ਵਿੱਚ ਮੋਬਾਈਲ ਖੇਡ ਰਹੇ ਆ ਕੰਪਿਊਟਰ ਚਲਾ ਰਹੇ ਆ ਇੰਡੋਰ ਰਹਿ ਰਹੇ ਆ ਜਿਹੜੇ ਬੱਚੇ ਬਾਹਰ ਨਿਕਲਦੇ ਹੀ ਨਹੀਂ ਉਹਨਾਂ ਨੂੰ ਇੱਕ ਪ੍ਰੋਸੈਸਡ 에ਅਰ ਮਿਲ ਰਹੀ ਹੈ ਨਾ ਕਿ ਫ੍ਰੈਸ਼ 에ਅਰ ਮਿਲ ਰਹੀ ਹੈ ਜਦੋਂ ਬੱਚੇ ਬਾਹਰ ਮੈਦਾਨ 'ਚ ਜਾਣਗੇ ਉਹਨਾਂ ਨੂੰ ਸਾਫ਼ ਸੁਥਰੀ ਆਕਸੀਜਨ ਮਿਲੇਗੀ ਹਵਾ ਮਿਲੇਗੀ ਜਿਹੜੇ ਕੀ ਉਹਨਾਂ ਦੇ ਹਾਰਟ ਵਾਸਤੇ ਬਹੁਤ ਜ਼ਰੂਰੀ ਹੈ ਜਦੋਂ ਉਹ ਸਾਫ਼ ਸੁਥਰੀ ਹਵਾ ਮਿਲੇਗੀ ਉਹਨਾਂ ਦੀ ਲੰਗਸ ਸਟਰੋਂਗ ਬਣਨਗੀਆਂ ਹਾਰਟ ਸਟਰੋਂਗ ਬਨੇਗਾ ਜਦੋਂ ਹਾਰਟ ਸਟਰੋਂਗ ਬਨੇਗਾ ਤਾਂ ਕਦੀ ਉਹਨਾਂ ਨੂੰ ਬੀਪੀ ਦੀ ਪ੍ਰੋਬਲਮ ਨਹੀਂ ਹੋਏਗੀ ਕਦੀ ਹਾਰਟ ਅਟੈਕ ਨਹੀਂ ਹੋਏਗਾ ਅੱਜ ਕਦੇ ਇੰਨੇ ਕਨੇਕੇ ਬੱਚਿਆਂ ਨੂੰ ਬੀਪੀ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਕਿਉਂ ਕਿਉਂਕਿ ਉਹ ਅੰਦਰ ਰਹਿ ਗਏ ਐ ਸਾਫ਼ ਸੁਥਰੀ ਹਵਾ ਲੈਂਦੇ ਨਹੀਂ ਆਕਸੀਜਨ ਲੈਂਦੇ ਨਹੀਂ ਫਿਰ ਜਿਹੜੇ ਬੱਚੇ ਅੰਦਰ ਰਹਿੰਦੇ ਐ ਨਾ ਉਹਨਾਂ ਨੇ ਕਦੀ ਸੂਰਜ ਦੇਖਿਆ ਨਾ ਧੁੱਪ ਲਈ ਐ ਕਦੀ ਨਹੀਂ ਲਈ ਤਾਂ ਉਹਨਾਂ ਨੂੰ ਵਿਟਾਮਿਨ ਡੀ ਦੀ ਕਮੀ ਵੀ ਹੋ ਜਾਏਗੀ ਜੇ ਵਿਟਾਮਿਨ ਡੀ ਦੀ ਕਮੀ ਹੋ ਜਾਏਗੀ ਉਹਨਾਂ ਦੀ ਹੱਡੀਆਂ ਮਜ਼ਬੂਤ ਨਹੀਂ ਹੋਣਗੀਆਂ ਹੱਡੀਆਂ ਮਜ਼ਬੂਤ ਨਹੀਂ ਹੋਣਗੀਆਂ ਉਹ ਜਿਆਦਾ ਮਾਰਾ ਜਾਂ ਤੁਰਨ ਕੇ ਥੱਕ ਜਾਣਗੇ ਬੈਠ ਜਾਣਗੇ ਇਸ ਕਰਕੇ ਸੂਰਜ ਰੋਸ਼ਨੀ ਵਾਸਤੇ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ ਜਿਹੜੀ ਕਿ ਪਤੰਗ ਉਹਨਾਂ ਨੂੰ ਬੜਾ ਸਹਾਈ ਹੁੰਦੀ ਹੈ ਜਦੋਂ ਉਹਨਾਂ ਦਾ ਵਿਟਾਮਿਨ ਡੀ ਪ੍ਰੋਪਰ ਹੋਏਗਾ ਤੇ ਉਹਨਾਂ ਦੇ ਮੂੰਹ ਤੇ ਨੂਰ ਕਿੰਨਾ ਤੰਗਾਂ ਦੇ ਰਾਹੀਂ ਇੱਕ ਮੈਸੇਜ ਵੀ ਦੇ ਰਹੇ ਹਾਂ ਇਹਦੇ ਤੇ ਬਸਾਖੀ ਆਉਣ ਵਾਲੀ ਹੈ ਬਸਾਖੀ ਦੇ ਸਮਰਪਤ ਤੁਸੀਂ ਤਸਵੀਰਾਂ ਵੀ ਲਾਈਆਂ ਤੇ ਦਿਖਾ ਵੀ ਰਹੇ ਹੋ ਕਿ ਗੁਰੂ ਸਾਹਿਬ ਨੇ ਕਿਵੇਂ ਸਾਜਣਾ ਕੀਤੀ ਹੋਰ ਵੀ ਸਾਰੇ ਤੁਸੀਂ ਦਰਸ਼ਕਾਂ ਨਾਲੇ ਵੀ ਗੱਲ ਸਾਂਝੀ ਕਰੋ ਵੀ ਕਿਹੜੇ-ਕਿਹੜੇ ਤੁਸੀਂ ਪਤੰਗਾਂ ਦੇ ਕੀ-ਕੀ ਜਾਗਰੂਤੀ ਜਿਹੜੀ ਹੈ ਉਹ ਫਲਾਉਣ ਦਾ ਯਤਨ ਕਰ ਰਹੇ ਦੇਖੋ ਜੀ ਮੇਰਾ ਮਕਸਦ ਇਹ ਹੁੰਦਾ ਹੈ ਕਿ ਜਿਹੜਾ ਵੀ ਤਿਉਹਾਰ ਆਵੇ ਮੈਂ ਇੱਕ ਜਿਹੜਾ ਸਮਾਜ ਹੈ ਉਹਨੂੰ ਇਹ ਆਪਣਾ ਇਹ ਮਾਰਗ ਦਰਸ਼ਨ ਕਰੇ ਉਹ ਆਪਣਾ ਜਿਹੜਾ ਮੈਸੇਜ ਮੇਰਾ ਕਿ ਜਿਵੇਂ ਦੀਵਾਲੀ ਹੈ ਦੀਵਾਲੀ ਤੇ ਪਟਾਕੇ ਨਹੀਂ ਚਲਾਣੇ ਸਾਰੇ ਬੱਚਿਆਂ ਨੂੰ ਪਤਾ ਹੈ ਸਾਰਿਆਂ ਨੂੰ ਪਤਾ ਹੈ ਫਿਰ ਵੀ ਪਟਾਕੇ ਵਿਕ ਰਹੇ ਆ ਜੇ ਪਟਾਕੇ ਵਿਕ ਰਹੇ ਆ ਜਦ ਤੱਕ ਪਟਾਕੇ ਬੰਦ ਨਹੀਂ ਹੁੰਦੇ ਵਿਕਣੇ ਤਾਂ ਇਹਨਾਂ ਮੇਰੇ ਜਿਹੜੇ ਮੈਸੇਜ ਦਾ ਅਸਰ ਘੱਟ ਹੁੰਦਾ ਕਿਉਂਕਿ ਜਿਹੜੇ ਬੱਚੇ ਵਿਚਾਰੇ ਪਟਾਕੇ ਚਲਾਉਂਦੇ ਆ ਉਹਨਾਂ ਦੇ ਅੱਖਾਂ ਚਲੀਆਂ ਜਾਂਦੀਆਂ ਇਸ ਦੌਰਾਨ ਉਹ ਸਾਰੀ ਉਮਰ ਦੀਵਾਲੀ ਨਹੀਂ ਮਨਾ ਸਕਣਗੇ ਕਈਆਂ ਦੇ ਘਰਾਂ 'ਚ ਅੱਗ ਲੱਗ ਜਾਂਦੀਆਂ ਕਈਆਂ ਉਹ ਪੈਸੇ ਨੂੰ ਫੁੱਕ ਰਹੇ ਆ ਦੀਵਾਲੀ ਤੋਂ ਬਾਅਦ ਇੰਨੀ ਸਮੋਗ ਹੋ ਜਾਂਦੀ ਹੈ ਕੁਰਾਂ ਦੇ ਕਰ ਐਕਸੀਡੈਂਟ ਬਹੁਤ ਐਕਸੀਡੈਂਟ ਹੁੰਦੇ ਆ ਜਿਨ੍ਹਾਂ ਦੇ ਐਕਸੀਡੈਂਟ ਦੇ ਵਿੱਚ ਜਾਨਾਂ ਚੱਲੇ ਜਾਂਦੀਆਂ ਮੈਂ ਦੇਖੋ ਇਸ ਕਰਕੇ ਤਾਂ ਕੰਨਾ ਪਟਾਕੇ ਚਲਾਓ ਹੀ ਨਾ ਤੁਸੀਂ ਆਪਣਾ ਲੋਕਾਂ ਨੂੰ ਮੁਬਾਰਕਬਾਦ ਦਿਓ ਪਟਾਕੇ ਮਠਾਈ ਖਵਾਓ ਉਹਨਾਂ ਨੂੰ ਖੁਸ਼ੀਆਂ ਵੰਡੋ ਉਹਨਾਂ ਨੂੰ ਅਸੀਸਾਂ ਦਿਓ ਤੇ ਹੋਲੀ ਹੈ ਹੋਲੀ ਦੇ ਵਿੱਚ ਕੀ ਹੈ ਬੱਚੇ ਪਾਣੀ ਵੇਸਟ ਕਰਦੇ ਆ ਕਈ ਬੱਚੇ ਸ਼ਰਾਰਤੀ ਹੁੰਦੇ ਆ ਪਾਣੀ ਵਿੱਚ ਮੈਸੇਜ ਦਿੰਦਾ ਹਾਂਜੀ ਮੈਂ ਦੇਖੋ ਜੀ ਮੇਰਾ ਮੈਸੇਜ ਹੁੰਦਾ ਬੱਚੇ ਜਿਹੜੇ ਛੋਟੇ ਬੱਚੇ ਆ ਤੁਸੀਂ ਉਹਨਾਂ ਨੂੰ ਆਂਟੀ ਜਿਹੜਾ ਤੁਹਾਡਾ ਇਹ ਬੱਚਿਆਂ ਨੂੰ ਜਿਹੜਾ ਕੰਮ ਕਰਾਇਆ ਜਾਂਦਾ ਹੈ ਉਹਨਾਂ ਨੂੰ ਛੋਟੇ ਬੱਚਿਆਂ ਨੂੰ ਕੰਮ ਨਹੀਂ ਕਰਵਾਉਣਾ ਚਾਹੀਦਾ ਤੇ ਜਿਹੜਾ ਤੁਹਾਡਾ ਹੁੰਦਾ ਹੈ ਯੋਗਾ ਡੇ ਹੈ ਯੋਗਾ ਡੇ ਤੁਸੀਂ ਆਪਣਾ ਐਕਸਰਸਾਈਜ਼ ਕਰੋ ਤੁਸੀਂ ਆਪਣੇ ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖੋ ਟੀਚਰਸ ਡੇ ਤੇ ਟੀਚਰ ਸਾਡੇ ਭਗਵਾਨ ਤੋਂ ਬਾਅਦ ਟੀਚਰ ਦੇ ਨੰਬਰ ਆਂਦਾ ਹੈ ਟੀਚਰਾਂ ਦੀ ਰਿਸਪੈਕਟ ਕਰੋ ਟੀਚਰਾਂ ਨੂੰ ਮਤਲਬ ਉਹਨਾਂ ਦੀ ਰਿਗਾਰਡ ਕਰੋਗੇ ਜ਼ਿੰਦਗੀ 'ਚ ਅੱਗੇ ਵਧੋਗੇ ਤੇ ਹੋਰ ਦੇਖੋ ਤੁਸੀਂ ਜਿਹੜੇ ਮੈਸੇਜ ਹੈਗੇ ਤੁਹਾਡਾ ਕਰੋਨਾ ਦੇ ਨਾਲ ਇੱਕ ਪਤੰਗ ਬਣਾਈ ਸੀ ਕਰੋਨਾ ਨਾਲ ਸਾਨੂੰ ਕਿਸ ਤਰ੍ਹਾਂ ਅਵੇਅਰ ਕਰਨਾ ਚਾਹੀਦਾ ਕਰੋਨਾ ਨੇ ਸਾਨੂੰ ਕਿਹੜੇ-ਕਿਹੜੇ ਚੀਜ਼ਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿਹੜੀ ਚੀਜ਼ ਕਰਨੀ ਹੈ ਕਿਹੜੀ ਚੀਜ਼ ਨਹੀਂ ਕਰਨੀ ਇਸ ਦੇ ਨਾਲ-ਨਾਲ ਮੈਂ ਜ਼ਰੂਰ ਕਵਾਂਗਾ ਜਿਹੜੀ ਪਤੰਗ ਉਡਾਣੀ ਹੈ ਉਹ ਕੋਠੇ ਤੇ ਨਹੀਂ ਉਡਾਣੀ ਕਦੀ ਵੀ ਕੁਝ ਪ੍ਰਕੌਸ਼ਨਸ ਦੇਖੋ ਹਰ ਚੀਜ਼ ਦੀ ਪ੍ਰਕੌਸ਼ਨ ਜ਼ਰੂਰੀ ਹੈ ਪਤੰਗ ਉਡਾਣੀ ਹੈ ਕੋਠੇ ਤੇ ਨਹੀਂ ਉਡਾਣੀ ਕਦੀ ਚਾਈਨਾ ਡੋਰ ਨਹੀਂ ਯੂਜ਼ ਕਰਨੀ ਜਿਹੜੀ ਚਾਈਨਾ ਡੋਰ ਹੈ ਇਹ ਖਤਰਨਾਕ ਚੀਜ਼ ਹੈ ਸਾਡੇ ਹੱਥ ਜਿਹੜੇ ਆ ਉਂਗਲਾਂ ਕੱਟੀਆਂ ਜਾਂਦੀਆਂ ਆ ਉਹਦੇ ਨਾਲ ਜਿਹੜੇ ਵੀ ਮੈਂ ਕਈ ਥਾਵਾਂ ਤੇ ਮੈਨੂੰ ਜੱਜ ਬਣਾਇਆ ਗਿਆ ਮੈਂ ਪਹਿਲਾਂ ਚੈੱਕ ਕਰਦਾ ਕਿ ਜਿਹੜੀ ਡੋਰ ਹੈ ਉਹ ਚਾਈਨਾ ਡੋਰ ਨਾ ਹੋਵੇ ਜਿਹੜੇ ਬੱਚੇ ਯੂਜ਼ ਕਰਦੇ ਆ ਉਹਨਾਂ ਨੂੰ ਡਿਬਾਰ ਕਰਤਾ ਜਾਂਦਾ ਤੇ ਮੈਂ ਇਹ ਆਪਣਾ ਇਹ ਵੀ ਚਾਹਨਾ ਕਿ ਪੁਲਿਸ ਵਾਲੇ ਵੀ ਇਹ ਸਖਤੀਕਰਨ ਜਿਹੜਾ ਵੇਛ ਰਿਹਾ ਉਹਨੂੰ ਬੰਦੇ ਦੇ ਆਪਣਾ ਕਿਉਂਕਿ ਇੱਕ ਆਪਣਾ ਐਫ ਆਈ ਆਰ ਦਰਜ ਉਹਦੇ ਤੇ ਕਰਨ ਉਹ ਤੇ ਪੂਰਾ ਐਕਸ਼ਨ ਲੈਣ ਹੋਰ ਜਦੋਂ ਵੀ ਆਪਣਾ ਮੌਸਮ ਖਰਾਬ ਹੈ ਕੋਈ ਟਾਵਰ ਦੇ ਨੇੜੇ ਪਤੰਗ ਨਹੀਂ ਉਡਾਉਣੀ ਚਾਹੀਦੀ ਉਹ ਪ੍ਰਕੌਸ਼ਨ ਸਾਰੀਆਂ ਲੋ ਦੇਖੋ ਤੁਹਾਨੂੰ ਪਤੰਗ ਉਡਾਉਣ ਦੇ ਕਿੰਨਾ ਮਜ਼ਾ ਆਉਂਦਾ ਤੁਸੀਂ ਫੈਮਿਲੀ ਨਾਲ ਪਤੰਗ ਉਡਾਓ ਦੋਸਤਾਂ ਨਾਲ ਜਾਓ ਤੁਸੀਂ ਦੇਖੋ ਇੰਜੋਏ ਕਰੋਗੇ ਜ਼ਿੰਦਗੀ ਪਤੰਗ ਦੇ ਬਹੁਤ ਸਾਰੇ ਫਾਇਦੇ ਦੱਸ ਰਿਹਾ ਹਾਂ ਪਤੰਗ ਦਾ ਕਿਤੇ ਨਾ ਕਿਤੇ ਪੀਸ ਆਫ ਮਾਈਂਡ ਨਾਲ ਵੀ ਰਿਲੇਸ਼ਨ ਬਣਦਾ ਦੇਖੋ ਜੀ ਪਤੰਗ ਜਿਹੜੀ ਹੈ ਸਾਡੀ ਮਨ ਦੀ ਇਕਾਗਰਤਾ ਵਧਾਉਂਦੀ ਹੈ ਜਦੋਂ ਅਸੀਂ ਪਤੰਗ ਉਡਾਨਦੇ ਹਾਂ ਸਾਡਾ ਧਿਆਨ ਪੂਰਾ ਪਤੰਗ ਵੱਲ ਹੁੰਦਾ ਹੈ ਕਿ ਥੇ ਨਾਲ ਗਿਰ ਜਾਏ ਉਹ ਉੱਪਰ-ਨੀਚੇ ਘੁੰਮਦੀ ਆ ਉਹ ਤੇ ਸਾਡੀ ਇਕਾਗਰਤਾ ਵਧਾਉਂਦੀ ਹੈ ਜਿਹੜਾ ਕਿ ਸਾਨੂੰ ਬੱਚਿਆਂ ਨੂੰ ਪੜ੍ਹਾਈ ਕਰਨ ਦੇ ਵਿੱਚ ਬਹੁਤ ਸਹਾਇਕ ਹੋ ਸਕਦੀ ਹੈ ਇਹ ਐਨੇ ਫਾਇਦੇ ਆ ਤੇ ਮੈਂ ਕਹਿੰਦਾ ਇਹਦਾ ਫਾਇਦਾ ਉਠਾਓ ਬੱਚਿਆਂ ਨੂੰ ਕਮ ਸਕੱਮ ਹਫ਼ਤੇ 'ਚ ਇੱਕ ਦਿਨ ਬਾਹਰ ਕੱਢੋ ਪਤੰਗ ਉਡਾਣ ਵਾਸਤੇ ਦੇਖੋ ਮੈਂ ਕਈ ਕੰਟਰੀ ਦੇ ਵਿੱਚ ਘੁੰਮਿਆ ਉੱਥੇ ਛੋਟੇ ਬੱਚੇ ਵੱਡੇ ਖੂਬ ਆਪਣਾ ਕਈ ਦਿਨ ਮਨਾਉਂਦੇ ਆ ਪਤੰਗ ਉਡਾਉਂਦੇ ਆ ਜਾਪਾਨ ਨੰਬਰ 1 ਤੇ ਹੈ ਪਤੰਗ ਉਡਾਣ ਦੇ ਵਿੱਚ ਉਹ ਦੁਨੀਆ ਦੇ ਵਿੱਚ 골ਡ ਮੈਡਲ ਇੱਕ ਨੰਬਰ ਤੇ ਲੈਂਦਾ ਹੈ 올림픽ਸ ਦੇ ਵਿੱਚ ਕਿਉਂ ਬੱਚਿਆਂ ਦੀਆਂ ਹੱਡੀਆਂ ਮਜ਼ਬੂਤ ਹੈ ਉਹ ਦੌੜੀ ਜਾਂਦੇ ਆ ਥੱਕਦੇ ਕਦੀ ਵੀ ਨਹੀਂ ਜੇ ਥੱਕਣਗੇ ਹੀ ਨਹੀਂ ਤਾਂ ਉਹ ਨੰਬਰ 1 ਤੇ ਲੈਣਗੇ ਹੀ ਲੈਣਗੇ ਜੇ ਜਦੋਂ ਤੁਸੀਂ ਇਹਨਾਂ ਨੂੰ ਕਿਤੇ ਪ੍ਰਦਰਸ਼ਨੀ ਦੇ ਵਿੱਚ ਲੈ ਕੇ ਜਾਣੇ ਹੋ ਦੂਰ ਤਰਾ ਦੇ ਹਨ ਤਾਂ ਇਹਨਾਂ ਦੀ ਕੇਅਰ ਕਰਨੀ ਹੈ ਇਹਨਾਂ ਨੂੰ ਲਿਆ ਕੇ ਲੈ ਕੇ ਜਾਣਾ ਬੜਾ ਔਖਾ ਹੁੰਦਾ ਹੋ। ਦੇਖੋ ਜੀ ਮੈਂ ਤਾਂ ਇਹਨਾਂ ਨੂੰ ਚਾਈਨਾ ਵੀ ਲੈ ਕੇ ਗਿਆ ਸਾਊਥ ਕੋਰੀਆ ਵੀ ਲੈ ਕੇ ਗਿਆ ਹੁਣ ਅਹਮਦਾਬਾਦ ਵੀ ਲਜਾਣਾ ਤੇ ਕੇਅਰ ਤਾਂ ਦੇਖੋ ਤੁਹਾਨੂੰ ਕਰਨੀ ਪੈਂਦੀ ਹੈ। ਤੁਸੀਂ ਤਾਂ ਇਹ ਨਹੀਂ ਦੇਖਿਆ ਮੈਂ ਤਾਂ ਹਾਲ ਹੀ ਕੇਅਰ ਹੈ ਕਈ ਜਿਹੜੇ ਬੰਦੇ ਬਾਹਰੋਂ ਆਉਂਦੇ ਉਹਨਾਂ ਦੇ ਪੰਜਾਬ ਤਾਂ 60 60 ਕਿਲੋ ਭਾਰ ਉਪਤੰਗਾਂ ਦਾ ਹੀ ਹੁੰਦਾ ਉਹਨਾਂ ਦਾ। ਪਤੰਗਾ ਜਿਹੜੀਆਂ ਜਿਹੜੀਆਂ ਮੈਂ ਪਤੰਗਾ ਉਡਾਨਾ ਵੀ ਹੈ ਜਿਹੜੀਆਂ ਪਤੰਗਾ ਉਹ ਬਹੁਤ ਵੱਡੀਆਂ ਵੱਡੀਆਂ ਪਤੰਗਾ ਮੇਰੇ ਕੋਲ ਇੱਕ ਸਨੇਕ ਦੇ ਪਤੰਗ ਹੈਗੀ ਹੈ 50 ਮੀਟਰ ਲੰਬੀ ਹੈ ਉਹ ਇੱਕ ਪਾਵਰ ਕਾਈਟ ਹੈ ਉਹ ਪਾਵਰ ਕਾਈਟ ਜਿਹੜੀ ਹੈਗੀ ਹੈ ਉਹ ਤਿੰਨ ਤਿੰਨ ਚਾਰ ਚਾਰ ਬੰਦੇ ਮਿਲ ਕੇ ਉਡਾਉਂਦੇ ਐ ਕਈ ਪਤੰਗਾ ਐਹੋ ਜਿਹੇ ਜਿਹੜੀਆਂ ਕਿ 10-10 ਬੰਦੇ ਉਡਾ ਸਕਦੇ ਉਸ ਤੋਂ ਘੱਟ ਉਡਾਈ ਨਹੀਂ ਸਕਦੇ ਸੋ ਪਤੰਗਾ ਦੀ ਵੈਰਾਈਟੀ ਇੰਨੀ ਜ਼ਿਆਦਾ ਹੈਗੀ ਹੈ ਕਿ ਤੁਹਾਡਾ ਜਿਹੜਾ ਮਨ ਐ ਨਾ ਪ੍ਰਸੰਨ ਹੁੰਦਾ ਦੇਖ ਕੇ ਜਦੋਂ ਹਵਾ ਚੁੱਟਦੀਆਂ ਹੁੰਦੀਆਂ ਦਿਲ ਬਾਗ-ਬਾਗ ਹੋ ਜਾਂਦਾ ਹੈ ਜੇ ਤੁਸੀਂ ਇੰਨੀ ਤੁਹਾਡਾ ਕੰਮ ਕੀਤਾ ਨਾ ਪਤੰਗਾਂ ਦੇ ਕੋਈ ਹੋਰ ਇੱਛਾ ਹੈਗੀ ਆ ਵੀ ਪਤੰਗ ਹੋਰ ਕਿਸੇ ਦਾ ਬਣਾਉਣਾ ਹੋਵੇ ਜਿਹੜਾ ਨਹੀਂ ਬਣਾ ਸਕਿਆ ਹਾਲ ਤੱਕ ਦੇਖੋ ਜੀ ਆਪਣੀ ਜਿਹੜੀ ਇੱਛਾ ਹੈ ਉਹ ਵਧਾਉਂਦੇ ਰਹਿਣਾ ਚਾਹੀਦਾ ਹੈ ਜੇ ਤੁਸੀਂ ਜ਼ਿੰਦਗੀ ਵਿੱਚ ਸਰਵਾਈਵ ਕਰਨਾ ਹੈ ਇਹਦੀ ਕਦੀ ਡੈਡ ਲਾਈਨ ਕੋਈ ਨਹੀਂ ਹੈਗੀ ਤੁਸੀਂ ਆਪਣਾ ਤੁਹਾਡੇ ਜਿਹੜੀ ਤੁਹਾਡਾ ਟੀਚਾ ਹੈ ਆਸਮਾਨ ਹੈ ਉਸ ਤੋਂ ਖੱਲੇ ਟੀਚਾ ਨਹੀਂ ਰੱਖਣਾ ਇਹ ਹਾਲੇ ਕਈ ਮੇਰੀ ਇੱਕ ਟੀਚਾ ਵੀ ਹੋਰ ਹੈਗਾ ਮੈਂ ਇੱਕ ਬੁੱਕ ਲਿਖ ਰਿਹਾ ਕਾਹਦੇ ਉੱਪਰ ਉਹ ਚ ਕਾਫੀ ਐਕਸਪੈਕਟਸ ਹੋਣਗੇ ਤੇ ਉਹ ਮਤਲਬ ਪਰਮਾਤਮਾ ਦੀ ਜੇ ਮਿਹਰ ਹੋਈ ਤਾਂ ਇਸ ਸਾਲ ਦੇ ਐਂਡ ਵਿੱਚ ਉਹ ਬੁੱਕ ਰਿਲੀਜ਼ ਹੋ ਜਾਏਗੀ ਤੇ ਜਿਹੜੇ ਦਰਸ਼ਕ ਹੈਗੇ ਆ ਉਹਦਾ ਆਨੰਦ ਮਾਣ ਸਕਣਗੇ ਵੀ ਪਤੰਗ ਉੱਚ ਕਈ ਤਰ੍ਹਾਂ ਦੇ ਪਤੰਗਾਂ ਕਿਹੜੇ-ਕਿਹੜੀਆਂ ਹੁੰਦੀਆਂ ਹਨ ਉਹਨੂੰ ਅਸੀਂ ਕੀ-ਕੀ ਪ੍ਰੀਕਾਸ਼ਨਜ਼ ਲੈਣੀਆਂ ਸਾਰੇ ਕਾਫੀ ਡਿਟੇਲ ਵਿੱਚ ਹੋਏਗੀ ਹੁਣ ਸਾਡਾ ਜਿਹੜਾ ਪੀੜੀ ਹੈ ਉਹ ਕਿਤਾਬਾਂ ਨਾਲੋਂ ਘੱਟ ਫਿਲਮਾਂ ਨਾਲ ਜੁੜ ਰਹੀ ਹੈ ਤੇ ਫਿਲਮਾਂ ਵੀ ਕੋਈ ਹੈਗੀ ਜਿਸ ਫਿਲਮ 'ਚ ਤੁਹਾਨੂੰ ਕੋਈ ਇਸ ਪਤੰਗ ਨੂੰ ਲਿਆ ਗਿਆ ਹੋਵੇ ਜਾਂ ਤੁਹਾਡਾ ਫਿਲਮ ਦੇ ਵਿੱਚ ਹੋਵੇ ਕਿਸੇ ਦੰਦਾ ਦੇਖੋ ਜੀ ਇਹ ਮੇਰੀ ਪਤੰਗਾ ਕਰਕੇ ਮੇਰੇ ਬੇਟਾ ਇੱਕ ਫਿਲਮ ਜਿਹੜੀ ਹੈ ਉਹ ਉਹਨੇ ਕੀਤੀ ਹੈ ਹਾਲੀ ਰਿਲੀਜ਼ ਨਹੀਂ ਹੋਈ ਉਹਦਾ ਨਾਮ ਹੈ ਗਬਰੂ ਗੈਂਗ ਅੱਛਾ ਬੋਲੀਵੁੱਡ ਦੀ ਫਿਲਮ ਹੈ ਕੁਝ ਕਾਰਨਾ ਕਰਕੇ ਉਹ ਡਿਲੇ ਹੋ ਰਹੀ ਹੈ ਉਹਦੇ ਵਿੱਚ ਉਹ ਆਪਣਾ ਮੇਨ ਹੀਰੋ ਦੇ ਨਾਲ ਹੀ ਕੋ ਹੀਰੋ ਹੈਗਾ ਉਹ ਤੇ ਉਹ ਅੰਮ੍ਰਿਤਸਰ ਸ਼ੂਟ ਹੋਇਆ ਸੀ ਉਹਦਾ ਤੇ ਉਹ ਸਾਰੀ ਫਿਲਮ ਜਿਹੜੀ ਹੈ ਫਰਸਟ ਫਿਲਮ ਕਾਈਟ ਰਿਲੇਟਿਡ ਹੀ ਹੈਗੀ ਹੈ ਉਹ ਸਾਰੀ ਤੇ ਮੇਰੀ ਆਪਣੀ ਇੱਕ ਫਿਲਮ ਬਣੀ ਹੈ ਕਾਈਟ ਦੇ ਉੱਪਰ ਸ਼ਾਰਟ ਫਿਲਮ ਬਣੀ ਹੈ ਕਾਈਟ ਬਿਯੋਂਡ ਬਾਉਂਡਰੀਜ਼ ਉਹ ਲਾਸਟ ইয়ার ਕੈਲੀਫੋਰਨੀਆ ਦੇ ਵਿੱਚ ਫੈਸਟੀਵਲ ਤੇ ਦਿਖਾਈ ਗਈ ਤੇ ਮੈਨੂੰ ਉਮੀਦ ਹੈ ਉਸ ਸਾਲ ਭਾਰਤ ਵਿੱਚ ਵੀ ਕਿਸੇ ਰਿਲੀਜ਼ ਹੋਏਗੀ ਤੇ ਸਾਰੇ ਨੂੰ ਦੇਖਣ ਦਾ ਮੌਕਾ ਮਿਲੇਗਾ ਠੀਕ ਹੈ ਜੀ ਗੱਲਬਾਤ ਕਰਨ ਲਈ ਸ਼ੁਕਰੀਆ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਜੀ ਸੋ ਨਾਈਸ ਆਫ ਯੂ ਥੈਂਕ ਯੂ ਸੋ ਵੇਸੀ ਕਿ ਡਾਕਟਰ ਦਵਿੰਦਰਪਾਲ ਸਿੰਘ ਸੈਗਲ ਜਿਨ੍ਹਾਂ ਨੇ ਗੱਲਬਾਤ ਕੀਤੀ ਇਹਨਾਂ ਦਾ ਇੱਕ ਵੱਖਰਾ ਹੀ ਸ਼ੌਂਕ ਹੈ ਕਿ ਪਤੰਗ ਦੇ ਰਾਹੀਂ ਅਵੇਅਰਨੈਸ ਜਿਹੜੀ ਹੈ ਸਮਾਜ ਦੇ ਵਿੱਚ ਫਲਾਉਣ ਦਾ ਯਤਨ ਕਰਦੇ ਆ ਵੱਖ-ਵੱਖ ਦਿਨਾਂ ਦੇ ਉੱਤੇ ਜਿਹੜੇ ਖਾਸ ਦਿਨ ਹੁੰਦੇ ਨੇ ਉਹ ਦਿਨਾਂ ਦੇ ਉੱਤੇ ਇਹ ਆਪਣਾ ਇੱਕ ਪਤੰਗ ਬਣਾਉਂਦੇ ਆ ਤੇ ਉਹਦੇ ਰਾਹੀਂ ਸਮਾਜ ਦੇ ਵਿੱਚ ਚੇਤਨਤਾ ਜਿਹੜੀ ਹੈ ਉਹ ਪੈਦਾ ਕਰਨ ਦਾ ਯਤਨ ਕਰਦੇ ਆ ਇਹਨਾਂ ਦਾ ਨਾਂ ਇਸੇ ਕਰਕੇ ਹੀ ਬਹੁਤ ਸਾਰੇ ਇਹਨਾਂ ਨੂੰ ਪੁਰਸਕਾਰ ਵੀ ਮਿਲੇ ਆ ਤੇ ਲਿਮਕਾ ਬੁੱਕ ਦੇ ਵਿੱਚ ਵੀ ਇਹਨਾਂ ਦਾ ਨਾਂ ਜਿਹੜਾ ਹੈ ਉਹ ਦਰਜ ਹੋਇਆ ਸੋ ਇਹਨਾਂ ਦੇ ਨਾਲ ਗੱਲਬਾਤ ਕਿਵੇਂ ਲੱਗੀ ਤੇ ਇਹਨਾਂ ਦਾ ਸ਼ੌਂਕ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੇਰੇ ਸਹਿਯੋਗੀ ਗੁਰਦੇਵ ਦੇ ਨਾਲ ਜਗਜੀਤ ਸਿੰਘ ਪੰਜੋਲੀ ਚੰਡੀਗੜ੍ਹ